ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਨਗਰ ਵੱਲੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਦਾ ਸਵਾਗਤ ਕਰਦੇ ਹਾਂ ਜੋ ਉਹਨਾਂ ਨੇ ਇੱਕ ਇਨਸਾਫ ਮਾਰਚ ਕੱਢਿਆ ਹੈ। ਇਹ ਕੋਈ ਪੋਲੀਟੀਕਲ ਮਾਰਚ ਨਹੀਂ ਹੈ, ਇਹ ਮਾਰਚ ਹੈ ਇਨਸਾਫ ਦਾ। ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਦਾ, ਜੋ ਅੱਜ ਨਸ਼ਿਆਂ ਨਾਲ ਜਵਾਨੀਆਂ ਰੁਕ ਰਹੀਆਂ ਨੇ ਉਹਨਾਂ ਲਈ ਇਨਸਾਫ ਮੰਗਣ ਦਾ, ਜੋ ਕਿਸਾਨ ਅੱਜ ਆਤਮ ਹੱਤਿਆ ਕਰ ਰਹੇ ਨੇ ਉਹਨਾਂ ਲਈ ਇਨਸਾਫ ਮੰਗਣ ਦਾ। ਇਹ ਇੱਕ ਇਨਸਾਫ ਦਾ ਮਾਰਚ ਹੈ ਜੋ ਪਿੰਡ ਪਿੰਡ ਜਾ ਕੇ ਉਹਨਾਂ ਨੇ ਵੀੜਾ ਚੁੱਕਿਆ, ਘਰ ਘਰ ਜਾ ਕੇ ਲੋਕਾਂ ਨੂੰ ਜਗਾਉਣ ਦਾ ਆਪਣਾ ਫਰਜ਼ ਬਣਦਾ। ਸੁਖਪਾਲ ਸਿੰਘ ਖਹਿਰਾ ਜਿਹੜੇ ਵੀ ਆਪਾਂ ਜਾਣਦੇ ਹਾਂ ਪਹਿਲਾਂ ਤੋਂ, ਜਦੋਂ ਤੋਂ ਸਿਆਸਤ ਦੇ ਇਹ ਇੱਕ ਨਿਰਧਾਰਿਤ ਨੇਤਾ ਨੇ, ਜਿਹੜੀ ਵੀ ਪਾਰਟੀ 'ਚ ਜਿੱਥੇ ਵੀ ਜੋਸ਼ ਕਰ ਰਿਹਾ ਬਿਲਕੁਲ ਇਹਨਾਂ ਨੇ ਸੱਚ ਦਾ ਸਾਥ ਦਿੱਤਾ ਹੈ। ਅਤੇ ਜਿਹੜੇ ਵੀ ਕਰਪਸ਼ਨ ਦੇ ਮਾਮਲੇ ਨੇ ਵੱਡੇ ਵੱਡੇ ਇਹਨਾਂ ਨੇ ਉਜਾਗਰ ਕੀਤੇ ਨੇ ਅਤੇ ਡਰ ਕੇ ਸਟੈਂਡ ਲਿਆ, ਕਿਸੇ ਚੀਜ਼ ਤੋਂ ਘਬਰਾਉਂਦੇ ਨਹੀਂ, ਡਰ ਕੇ ਸਟੈਂਡ ਲੈਂਦੇ ਅਤੇ ਲੋਕਾਂ ਦਾ ਡਰ ਕੇ ਸਾਥ ਦਿੰਦੇ ਨੇ। ਹੁਣ ਜਦੋਂ ਇਹ ਲੀਡਰ ਆਫ ਓਪੋਜੀਸ਼ਨ ਸੀ ਅਤੇ ਇਹਨਾਂ ਨੇ ਬੜੇ ਬੜੇ ਖਾਸ ਸਰਕਾਰ ਦੇ ਹੋਣਾ ਕੀ ਸੀ, ਉਹਨਾਂ ਦੀਆਂ ਬੋਲੀਆਂ ਲਵਾ ਦਿੱਤੀਆਂ, ਕਿਉਂਕਿ ਸਿਰਫ ਬਹੁਤ ਬਹੁਤ ਧੰਨਵਾਦ।